ਪਹਿਲੀ ਵਾਰ ਜੋ ਸਾਡੇ 20 ਆਈ ਕੈਂਪ ਲੱਗਦੇ ਹਨ ਸਾਡੀ ਲਾਈਨ ਆਈ ਕੇਅਰ ਸੈਂਟਰ ਵੱਲੋਂ, ਅੱਜ ਇੱਕ ਹੋਰ ਕੈਂਪ ਅਸੀਂ ਲਗਾਇਆ ਹੈ ਜਿਸ ਦਾ ਉਦਘਾਟਨ ਸਵਾਮੀ ਸੂਰਿਆ ਪ੍ਰਕਾਸ਼ ਜੀ ਨੇ ਕੀਤਾ ਹੈ। ਅਸੀਂ ਇਹਨਾਂ ਦੇ ਬਹੁਤ ਹੀ ਧੰਨਵਾਦੀ ਹਾਂ ਕਿ ਇਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਨੂੰ ਨਿਵਾਜਿਆ ਔਰ ਸਾਰਿਆਂ ਨੂੰ ਆਸ਼ੀਰਵਾਦ ਦਿੱਤਾ, ਡਾਕਟਰ ਸਾਹਿਬਾਨ ਨੂੰ, ਸਾਰੀ ਟੀਮ ਨੂੰ ਔਰ ਸਾਰੇ ਮਰੀਜ਼ਾਂ ਦੇ ਲਈ ਵੀ ਸ਼ੁਭਕਾਮਨਾਵਾਂ ਇਹਨਾਂ ਨੇ ਦਿੱਤੀਆਂ। ਮੈਂ ਇੱਥੇ ਦੱਸਣਾ ਚਾਹੁੰਦਾ ਕਿ ਸਾਨੂੰ ਹੁਣੇ ਹੀ ਲਾਇਨਸ ਕਲੱਬ ਇੰਟਰਨੈਸ਼ਨਲ ਵੱਲੋਂ 1,11,00,000 ਰੁਪਏ ਦੀ ਗ੍ਰਾਂਟ ਮਿਲੀ ਹੈ, ਜਿਸ ਦੇ ਨਾਲ ਇਸ ਹਸਪਤਾਲ ਦੇ ਵਿੱਚ ਅਤਿ ਆਧੁਨਿਕ ਜੋ ਮਸ਼ੀਨਾਂ ਹਨ ਓਪਰੇਸ਼ਨ ਦੇ ਲਈ ਔਰ ਚੈੱਕਅਪ ਦੇ ਲਈ ਉਹ ਲਿਆਂਦੀਆਂ ਗਈਆਂ ਹਨ, ਔਰ ਨਾਲ ਹੀ ਇੱਕ ਆਈ ਮੋਬਾਈਲ ਕਲੀਨਿਕ ਵੈਨ ਜੋ ਬੰਬੇ ਤੋਂ ਤਿਆਰ ਹੋ ਕੇ ਆ ਰਹੀ ਹੈ, ਉਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਪਿੰਡ ਪਿੰਡ ਘਰ ਘਰ ਜਾ ਕੇ ਅੱਖਾਂ ਦੀ ਚੈੱਕਅਪ ਲਾਈਨ ਜਾਈ ਕੇਅਰ ਸੈਂਟਰ ਜੈਤੋਂ ਕਰੇਗਾ। ਮੈਂ ਇੱਕ ਵਾਰ ਫਿਰ ਸਵਾਮੀ ਜੀ ਦਾ ਬਹੁਤ ਧੰਨਵਾਦ ਕਰਦਾ। ਜੈ ਹਿੰਦ। ਲਾਇਨਸ ਕਲੱਬ ਗੰਗਸਰ ਜੈਤੋ ਦੀ ਤਰਫੋਂ ਫਰੀ ਆਈ ਓਪਰੇਸ਼ਨ ਕੈਂਪ ਲਗਾਇਆ ਗਿਆ ਹੈ, ਜਿਹਦੇ ਲਈ ਮੈਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ। ਲਾਇਨਸ ਕਲੱਬ ਜੈਤੋ ਦੇ ਸਾਰੇ ਹੀ ਪਦਾਧਿਕਾਰੀਆਂ ਨੂੰ ਕਿ ਉਹ ਇਸ ਤਰ੍ਹਾਂ ਦੇ ਸੇਵਾ ਦੇ ਕੰਮ ਹਮੇਸ਼ਾ ਕਰਦੇ ਰਹਿਣ। ਆਈਜ਼ ਦੀ ਪ੍ਰੋਬਲਮ ਖਾਸ ਤੌਰ 'ਤੇ ਜਿਹੜੇ ਰੂਰਲ ਏਰੀਆਜ਼ ਨੇ ਉਹਨਾਂ ਦੇ ਵਿੱਚ ਬਹੁਤ ਹੁੰਦੀ ਹੈ, ਭਾਵੇਂ ਕੈਟਰੈਕਟ ਦੀ ਪ੍ਰੋਬਲਮ ਹੈ ਜਾਂ ਕੋਈ ਰੈਟੀਨਾ ਨਾਲ ਰਿਲੇਟਡ ਪ੍ਰੋਬਲਮ ਹੈ। ਮੈਨੂੰ ਇਹ ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਇੱਥੇ ਹਰ ਤਰ੍ਹਾਂ ਦੀ ਮਸ਼ੀਨਰੀ ਲਾਇਨਸ ਕਲੱਬ ਨੇ ਅਵੇਲੇਬਲ ਕੀਤੀ ਹੈ, ਨਾਲ ਹੀ ਇਹਨਾਂ ਨੇ ਆਪ ਦਾ ਓਟੀ ਯਾਨੀ ਓਪਰੇਸ਼ਨ ਥੀਏਟਰ ਵੀ ਬਣਾਇਆ ਹੈ, ਜਿਹਦੇ ਵਿੱਚ ਬੜੇ ਹਾਈਜੈਨਿਕ ਐਟਮੋਸਫੀਅਰ ਦੇ ਵਿੱਚ ਓਪਰੇਸ਼ਨਸ ਕੀਤੇ ਜਾਂਦੇ ਨੇ। ਜਿਨ੍ਹਾਂ ਡਾਕਟਰਸ ਨੇ ਓਪਰੇਸ਼ਨ ਕੀਤੇ ਹਨ ਅਤੇ ਕਰ ਰਹੇ ਹਨ ਉਹਨਾਂ ਨੂੰ ਵੀ ਮੈਂ ਆਪ ਦੀ ਬਹੁਤ ਸ਼ੁਭਕਾਮਨਾਵਾਂ ਦਿੰਦਾ। ਨਾਲ ਹੀ ਇੱਕ ਵਾਰੀ ਫਿਰ ਮੈਂ ਲਾਇਨਸ ਕਲੱਬ ਦੇ ਸਾਰੇ ਹੀ ਵੀਰਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਅਤੇ ਸ਼ੁਭ ਆਸ਼ੀਸ਼ ਦੇਣਾ। ਪਰਮਪਿਤਾ ਪਰਮਾਤਮਾ ਇਹਨਾਂ 'ਤੇ ਆਪ ਦੀ ਕਿਰਪਾ ਬਣਾਈ ਰੱਖੇ।